ਫਿਰੋਜ਼ਪੁਰ ਸੈਕਟਰ ਵਿੱਚ ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਓਂ ਆਏ ਇੱਕ ਡਰੋਨ ਦੀ ਕੁਸਪੈਟ ਨੂੰ ناکਾਮ ਕਰਦਿਆਂ ਇਸ ਨੂੰ ਹੇਠਾਂ ਡੇਗ ਲਿਆ ਸੀਮਾ ਸੁਰੱਖਿਆ ਬਲ ਦੇ ਇੱਕ ਬੁਲਾਰੇ ਨੇ ਜਲੰਧਰ ਵਿੱਚ ਦੱਸਿਆ ਕਿ ਇਹ ਘਟਨਾ ਹਰਪਜਨ ਬੀਓਪੀ ਦੇ ਇਲਾਕੇ ਵਿੱਚ ਹੋਈ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਦਿਆਂ ਹੀ ਗੋਲੀਬਾਰੀ ਕੀਤੀ ਤੇ ਮਗਰੋਂ ਇਲਾਕੇ ਦੀ ਤਲਾਸ਼ੀ ਲੈਣ ਤੇ ਇਹ ਡਰੋਨ ਖੇਤਾਂ ਵਿੱਚ ਡਿੱਗਿਆ ਮਿਲਿਆ ਬਲ ਦੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਇਸ ਦੌਰਾਨ ਬਲਦੇ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਕਮਾਤਰੀ ਸਰਹਾਦ ਦੇ ਕਲਿਸ਼ ਪਿੰਡ ਦੇ ਇਲਾਕੇ ਵਿੱਚ 20 ਫਾਇਰਿੰਗ ਰਾਹੀਂ ਪਾਕਿਸਤਾਨ ਤੋਂ ਆਇਆ ਇੱਕ ਡਰੋਨ ਨੂੰ ਡੇਗ ਲਿਆ ਬਲਦੇ ਜਵਾਨਾਂ ਤੇ ਪੁਲਿਸ ਨੇ ਇਲਾਕੇ ਦੀ ਤਲਾਸ਼ੀ ਲਈ ਜਿਸ ਦੌਰਾਨ ਇਹ ਡਰੋਨ ਖੇਤਾਂ ਵਿੱਚ ਪਿਆ ਮਿਲਿਆ